ਕਿੱਡਾ ਸੋਹਣਾ ਮੌਸਮ ਹੋਇਆ ਜੀ। ਪਹਿਲਾ ਰੋਜ਼ਾ, ਰਸ਼ ਚੈੱਕ ਕਰੋ। ਪਹਿਲੇ ਰੋਜ਼ੇ ਦੀ ਸ਼ਹਿਰੀ ਖਾਧੀ ਸੀ, ਹੁਣ ਅਫਤਾਰੀ ਆ। ਰਸ਼ ਚੈੱਕ ਕਰੋ, ਲੋਕਾਂ ਨੂੰ ਦੌੜ ਲੱਗੀ ਆ। ਹੁਣ ਟਾਈਮ ਰਹਿ ਗਿਆ ਥੋੜ੍ਹਾ ਟਾਈਮ ਹੀ ਰਹਿ ਗਿਆ, ਬਸ 5 ਤੋਂ 10-15-20 ਮਿੰਟ, ਅੱਧਾ ਘੰਟਾ ਬਸ ਇੰਨਾ ਹੀ ਰਹਿ ਗਿਆ। ਅਤੇ ਬਾਰਿਸ਼ ਵੀ ਸਟਾਰਟ ਹੋ ਗਈ ਆ, ਮੌਸਮ ਬਹੁਤ ਪਿਆਰਾ ਹੋ ਗਿਆ, ਬਹੁਤ ਖੂਬਸੂਰਤ ਹੋ ਗਿਆ। ਕਿਉਂਕਿ ਠੰਡਕ ਜਿੰਨੀ ਜ਼ਿਆਦਾ ਹੋਏਗੀ, ਰੋਜ਼ੇ ਉਨੇ ਅੱਛੇ ਗੁਜ਼ਰਨਗੇ। ਅਤੇ ਹਰ ਬੰਦਾ ਹੁਣ ਆਪਣੀਆਂ ਦੁਕਾਨਾਂ ਜਿਹੜੀਆਂ ਨਾ ਕਲੋਜ਼ ਕਰਕੇ ਅਤੇ ਘਰ ਜਾ ਕੇ ਅਤੇ ਅਫਤਾਰੀ ਕਰੇਗਾ। ਹੁਣ ਕੋਈ ਚੀਜ਼ ਉਹਨਾਂ ਨੇ ਛੁੱਟੀ ਆ, ਹਾਂ ਯਾਰ ਯਕੀਨ ਕਰੋ ਕਿ ਅਰਬਾਂ ਦੇ ਵਿੱਚ ਨਾ ਇੱਕ ਬਹੁਤ ਜ਼ਿਆਦਾ ਅਤੇ ਬਹੁਤ ਅੱਛਾ ਆ ਮਾਹੌਲ ਹੁੰਦਾ ਹੈ ਕਿ ਜਦੋਂ ਕਿਤੇ ਮਤਲਬ ਕਿ ਰਮਜ਼ਾਨ ਆ ਗਿਆ ਨਾ, ਹੁਣ ਇੱਥੇ ਲੋਕਾਂ ਨੇ ਨਾ ਯਾਨੀ ਕਿ ਅਫਤਾਰੀ ਦਾ ਸਮਾਨ ਦੇਣਾ ਸ਼ੁਰੂ ਕਰ ਦੇਣਾ। ਕੁਛ ਇਸ ਤਰ੍ਹਾਂ ਦੀਆਂ ਚੀਜ਼ਾਂ ਯਾਨੀ ਕਿ ਉਹਦੇ ਵਿੱਚ ਮਸਜਿਦਾਂ ਦੇ ਵਿੱਚ ਅਫਤਾਰੀਆਂ ਕਰਵਾਉਣੀਆਂ। ਅਤੇ ਉਸ ਤੋਂ ਬਾਅਦ ਕੁਛ ਨਾ ਕੁਛ ਲੋਕ ਇੱਕ ਦੂਸਰੇ ਤੋਂ ਮਤਲਬ ਕਿ ਸਰਵਾਈਵ ਕਰਦੇ ਰਹਿੰਦੇ ਨੇ, ਅੱਲਾ ਦੀ ਰਾਜ ਦਿੰਦੇ ਰਹਿੰਦੇ ਨੇ। ਅਤੇ ਇੱਥੇ ਬਾਰਿਸ਼ ਸਟਾਰਟ ਹੋ ਗਈ ਜੀ, ਬਾਰਿਸ਼ ਸਟਾਰਟ ਹੋ ਗਈ ਹੈ। ਰੋਜ਼ਾ ਅਫਤਾਰੀ ਦਾ ਟਾਈਮ ਹੈਗਾ ਅਤੇ ਬਾਰਿਸ਼ ਸਟਾਰਟ ਹੋ ਗਈ। ਬਾਰਿਸ਼ ਦੇਖ ਲਓ ਬਿਲਕੁਲ ਰੂਜ 'ਤੇ ਆ ਗਈ ਹੈ, ਬਾਰਿਸ਼ ਸਾਡੇ ਉੱਤੇ ਪੈਣ ਲੱਗ ਪਈ ਹੈ। ਮੈਂ ਕਿਹਾ ਚਲੋ ਪਹਿਲਾ ਰੋਜ਼ਾ ਜਿਹੜਾ ਠੰਡਾ ਕਰ ਲਈਏ, ਗਰਮ ਸੀ ਨਾ ਅਤੇ ਠੰਡਾ ਕਰਦੇ ਪਏ। ਲਓ ਜੀ, ਬਾਰਿਸ਼ ਨੇ ਨਾ ਸਾਰਾ ਮੂਡ ਖਰਾਬ ਕਰਤਾ ਫਰਿੰਟ ਟੁਰਨ ਵਾਲਾ। ਅਤੇ ਚੱਲਦੇ ਹਾਂ ਕਮਿੰਗ ਬੈਕ ਹੋਮ। ਇਹ ਕੱਪੜੇ ਸਾਡੇ ਛੱਤ ਦੇ ਪਏ, ਜਾ ਕੇ ਛੱਤ ਤੋਂ ਕੱਪੜੇ ਲਵਾਈਏ। ਚਲੋ ਤੁਹਾਨੂੰ ਦੱਸਦੇ ਹਾਂ, ਬਾਰਿਸ਼ ਆ ਗਈ ਹੈ ਨਾ ਹੁਣ ਇਹ ਦੇਖ ਲਓ ਸਾਰਾ ਇਹ ਸਮਾਨ ਲਾ ਦਿੱਤਾ ਨਾ ਰੋਜ਼ੇ ਅਫਤਾਰੀ ਵਾਸਤੇ। ਇਹ ਸੇਲ ਹੋਣ ਡਿਆ, ਫਰੀ ਵਾਲਾ ਨਹੀਂ ਹੈਗਾ, ਬਸ ਤੁਸੀਂ ਸੋਚਦੇ ਹੋ ਫਰੀ ਆ, ਸੇਲ ਹੋਣ ਡਿਆ। ਅਤੇ ਕੱਪੜੇ ਸਾਡੇ ਸਾਰੇ ਹੋ ਗਏ ਗਿੱਲੇ, ਕੰਬਲ ਤੋਂ ਤਾਂ ਅਸੀਂ ਮੁੰਡੇ ਨੇ ਉਹ ਵੀ ਗਿੱਲਾ ਹੋ ਗਿਆ, ਮੇਰੇ ਤਾਂ ਅੱਗੇ ਹੀ ਗਿੱਲੇ ਸੀ। ਅਤੇ ਮੈਂ ਤਾਂ ਹੁਣ ਚੁੱਕ ਕੇ ਲੈ ਕੇ ਜਾ ਵੀ ਨਹੀਂ ਸਕਦਾ, ਸਾਰੇ ਕੱਪੜੇ ਗਿੱਲੇ ਹੋ ਗਏ। ਬਾਰਿਸ਼ ਪੈ ਗਈ ਹੈ ਤੁਹਾਡੇ ਸਾਹਮਣੇ, ਅੱਜ ਮੌਸਮ ਕਿੰਨਾ ਖੂਬਸੂਰਤ ਮੌਸਮ ਹੋ ਗਿਆ ਯਾਰ। ਤਲਾਬਾਦ ਪਾਓ ਯਾਰਾ, ਲੋ ਜੀ ਤਲਾਬਾਦ ਦਾ ਮੁੰਡਾ ਆਏ।